जी तारी तारी भाई की कहंदे सीगे आपां? ਅਜੇ ਟਰੱਕ ਵਾਲੀ ਗੱਲ ਕਿਹਾ ਮੈਨੂੰ ਵੀ ਸੁਣਾਓ। ਹਾਂਜੀ ਤੇ ਅਸੀਂ ਨਾ ਟਰੱਕਾਂ ਦੇ ਹੁੰਦੇ ਸੀ, ਇੱਕ ਸਾਡੇ ਨਾਲ ਕਨੈਕਟਰ ਸੀਗਾ, ਹਾਂਜੀ ਉਹ ਪਿੰਡ ਲੰਡੇ ਕੇ ਮੋਗੇ ਦਾ ਸੀ ਵਿਚਾਰਾ, ਤੇ ਰੰਗ ਥੋੜਾ ਜਿਹਾ ਜ਼ਿਆਦਾ ਪੱਕਾ ਸੀ, ਤੇ ਠੀਕ ਆ। ਉਹਨੂੰ ਮੈਂ ਨਾ ਵੈਸੇ ਮਜ਼ਾਕ ਕਰਨ ਲੱਗਾ, ਉਹ ਗੱਡੀ ਹੋਰ ਨਾਲ ਸੀ। ਅੱਛਾ ਜੀ, ਮੈਂ ਕਿਹਾ ਕਿੱਥੇ ਚੱਲੇ ਆ ਮਾਲ ਭਰ ਕੇ? ਕਹਿੰਦਾ ਗੁਹਾਟੀ। ਹਾਂਜੀ ਮੈਂ ਕਿਹਾ ਤੇਰੇ ਕੋਲੇ ਪਾਸਪੋਰਟ ਹੈਗਾ? ਕਹਿੰਦਾ ਨਹੀਂ। ਹਾਂ ਮੈਂ ਕਿਹਾ ਤੇ ਕੰਜਰ ਦਾ ਜਰਮਨ ਵੇਚ ਦੀ ਲੰਘਣਾ ਆਪਾਂ? ਹਾਂਜੀ ਕਹਿੰਦਾ ਯਾਰ ਮੈਨੂੰ ਸਾਡੇ ਵਾਲੇ ਡਰਾਈਵਰ ਨੇ ਦੱਸਿਆ ਹੀ ਨਹੀਂ। ਮੈਂ ਕਿਹਾ ਉਹ ਕਾਹਤੋਂ ਦੱਸੂ ਬਾਈ, 4 ਲੱਖ ਰੁਪਈਆ ਬਚ ਗਿਆ ਉਹਦਾ। ਹਾਂ ਕਹਿੰਦਾ ਕਾਹਦਾ? ਮੈਂ ਕਿਹਾ ਵੀਜੇ ਦਾ। ਹਾਂ ਅੱਛਾ, ਉਹਨੇ ਜਾ ਕੇ ਆਪਦੇ ਡਰਾਈਵਰ ਨਾਲ ਲੜ ਪਿਆ, ਕਹਿੰਦਾ ਬਾਈ ਯਾਰ ਤੂੰ ਮੇਰਾ ਵੀਜੇ ਤੋਂ ਬਿਨਾਂ ਹੀ ਲਈ ਕਰਦਾ ਮੈਨੂੰ, ਕਹਿੰਦਾ ਉਧਰ ਫੜੇ ਜਾਵਾਂਗੇ। ਅੱਛਾ ਉਹ ਕਹਿੰਦਾ ਜਾ ਯਾਰ, ਕਹਿੰਦਾ ਤੂੰ ਤਾਰੀ ਮਗਰ ਲੱਗਿਆ ਲੱਗਦਾ। ਉਹ ਕਹਿੰਦਾ ਬਾਈ, ਉਹ ਕਹਿੰਦਾ ਉਹ ਮਜ਼ਾਕ ਕਰਦਾ। ਮੈਂ ਕਿਹਾ ਚੱਲ ਕੋਈ ਨਾ, ਮੈਨੂੰ ਤਾਂ ਕੀ ਆ, ਮੈਂ ਕਿਤੇ ਜੇਲ੍ਹ 'ਚ ਸੜੀ ਜਾਏ। ਹਾਂ ਉਹ ਫੇਰ ਮੇਰੇ ਕੋਲ ਆ ਗਿਆ, ਮੈਨੂੰ ਕਹਿੰਦਾ ਯਾਰ ਐਂ ਨਾ ਡਰਾ ਨਾ ਯਾਰ, ਕਹਿੰਦਾ ਮੈਨੂੰ ਸਹੀ ਦੱਸ ਦੇ ਮੇਰਾ ਵੀਜ਼ਾ ਲਵਾ ਦੇ। ਅਸੀਂ ਨਾ ਆਸਾਮ ਬਾਰਡਰ ਤੇ ਪੇਪਰ ਬਣਾਉਂਦੇ ਹੁੰਦੇ, ਬਾਰਡਰ ਪਾਰ ਕਰਦੇ ਸੀ, ਹਾਂਜੀ ਤੇ ਮੈਂ ਉੱਥੇ, ਸਾਡਾ ਮੁੰਡਾ ਰਾਜੂ ਹੁੰਦਾ ਜੀ ਆਸਾਮੀ ਪੇਪਰ ਵਾਲਾ, ਉਹਨੂੰ ਮੈਂ ਕਿਹਾ ਯਾਰ ਐਂ ਕਰਕੇ ਆਹ ਕੰਮ ਕਰਨਾ ਆਪਾਂ, ਕਹਿੰਦਾ ਕਰ ਦਿੰਦੇ ਲਿਆ। ਹਾਂਜੀ ਮੈਂ ਕਿਹਾ ਯਾਰ ਇਹ ਮੁੰਡਾ ਪਾਰ ਕਰਾਉਣਾ, ਮੂਹਰੇ ਤਾਂ ਜਰਮਨ ਆ ਗਿਆ, ਤੇ ਉਹ ਕਹਿੰਦਾ ਇਹਦਾ ਕਹਿੰਦਾ ਪਾਸਪੋਰਟ ਲਿਆ ਹੀ ਨਹੀਂ ਤੁਸੀਂ? ਮੈਂ ਕਹਿੰਦਾ ਨਾ। ਮੈਂ ਕਿਹਾ ਵੀ ਇਹਨੂੰ ਕਿਸੇ ਹਿਸਾਬ ਨਾਲ PR ਹੀ ਦਵਾ ਦੇ। ਹਾਂ ਉਹ ਕਹਿੰਦਾ ਹਾਂ ਜਰਮਨ ਦੀ ਦਵਾ ਦਿੰਦੇ ਇਹਨੂੰ। ਅੱਛਾ ਜੀ, ਉਹਨਾਂ ਕੋਲ ਮੋਹਰਾਂ ਜਾਂ ਜਿੰਨੀਆਂ 5 ਕੁ ਪੇਪਰ ਤੇ ਮਾਰ ਕੇ ਸਾਈਨ ਕਰਾ ਕੇ ਉਹਦੀ ਫੋਟੋ ਲਾ ਦਿੱਤੀ। ਅੱਛਾ ਠੀਕ ਆ। ਕਹਿੰਦਾ ਲੈ ਵੀ ਤੈਨੂੰ PR ਕਾਰਡ ਮਿਲ ਗਿਆ, ਹਾਂ ਤੇ ਪਰ ਕਹਿੰਦਾ ਇਹਦੀ ਬਾਈ ਜੀ ਸ਼ਕਲ ਵੀ ਬਣਾਓ ਇਹਨਾਂ ਵਾਲੀ। ਹਾਂ ਮੈਂ ਕਿਹਾ ਜੀ ਹੁਣੇ ਨਾਈ ਕੋਲੇ ਲੈ ਜਾਂਦਾ ਮੈਂ ਇਹਨੂੰ। ਅੱਛਾ ਮੈਨੂੰ ਕਹਿੰਦਾ ਬਾਈ ਸ਼ਕਲ ਕਿਵੇਂ ਬਣੂਗੀ? ਮੈਂ ਕਿਹਾ ਬਾਈ ਸਿਰ ਚ ਦਾੜੀ ਤੇ ਔਸਤਰਾ ਲਵਾਉਣਾ ਪੈਣਾ ਉਹਨਾਂ ਦੇ, ਸਿੱਧੂ ਤਾਂ ਵਾਲ ਨਹੀਂ ਹੁੰਦਾ ਉਹਨਾਂ ਦੇ। ਠੀਕ ਆ ਕਹਿੰਦਾ ਲਵਾ ਦਿੰਦੇ ਆ ਜੀ। ਠੀਕ ਆ। ਸ਼ਾਮ ਨੂੰ ਬਿਠਾਇਆ ਸੀ, ਜਦੋਂ ਔਸਤਰਾ ਲਵਾਤਾ ਮੈਨੂੰ ਤਾਂ ਰਾਤ ਨੂੰ ਕੰਜਰ ਦੇ ਤੋਂ ਡਰ ਲੱਗੇ ਮੇਰੇ ਨਾਲ ਬੈਠਾ, ਇੱਕ ਤਾਂ ਊ ਕਾਲਾ, ਇੱਕ ਜਦੋਂ ਅੱਸੇ ਦੰਦ ਕੱਢੇ ਮੈਂ ਕਿਹਾ ਸਾਫਾ ਬੰਨ ਲਾ ਮੈਨੂੰ ਡਰ ਲੱਗਦਾ। ਕਹਿੰਦਾ ਫੇਰ ਆਪਾਂ ਫੜੇ ਜਾਵਾਂਗੇ। ਮੈਂ ਕਿਹਾ ਫੜੇ ਬਾਅਦ ਚ ਜਾਵਾਂਗੇ, ਪਹਿਲਾਂ ਮੈਨੂੰ ਅਟੈਕ ਹੋ ਜਾਣਾ ਕੰਜਰਾ, ਮੈਨੂੰ ਰਾਤ ਕੱਢਣੀ ਔਖੀ ਪਈ ਆ। ਉਹ ਜਦੋਂ ਅਸੀਂ ਬਿਲਕੁਲ ਨੇੜੇ ਚਲੇ ਗਏ ਨਾ ਗੁਹਾਟੀ ਦੇ ਨੇੜੇ, ਬ੍ਰਹਮਪੁੱਤਰ ਪੁਲ ਪੈਂਦਾ ਜਿਹੜੀ ਨਦੀ ਪੈਂਦੀ ਹੈ, ਹਾਂਜੀ ਉੱਥੇ ਲਾਈਟਾਂ ਬਹੁਤ ਲੱਗੀਆਂ ਹੁੰਦੀਆਂ, ਇੱਕ ਪਹਾੜੀ ਦੇ ਮਗਰ ਬੜੀਆਂ ਲਾਈਟਾਂ ਹੁੰਦੀਆਂ। ਮੈਨੂੰ ਕਹਿੰਦਾ ਦੇਖ ਉਹ ਬਾਈ, ਕਹਿੰਦਾ ਕਿੰਨਾ ਸੋਹਣਾ ਏਰੀਆ। ਮੈਂ ਕਿਹਾ ਜਰਮਨ ਆ ਗਏ? ਤੇ ਮੈਨੂੰ ਕਹਿੰਦਾ ਦੇਖ ਕਿੰਨਾ ਸੋਹਣਾ ਬਾਹਰ ਦਾ ਮੁਲਕ। ਮੈਨੂੰ ਕਹਿੰਦਾ ਬਈ ਤੇ ਸਾਡੇ ਪਿੰਡ ਦਾ ਬੰਦਾ ਰਹਿੰਦਾ ਜਰਮਨ ਚ? ਅੱਛਾ ਤੇ ਮੈਂ ਕਿਹਾ ਤੂੰ ਭਾਜੀ ਤੂੰ ਤਾਂ PR ਹੈ ਇੱਥੇ। ਠੀਕ ਆ। ਕਹਿੰਦਾ ਵੀ ਠੀਕ ਹੈ। ਅਸੀਂ ਉਹ ਪਰਚੀ ਕਟਾਉਣ ਲੱਗੇ ਆ, ਕੋ ਪੁਲਿਸ ਵਾਲਾ ਫਿਰਦਾ ਸੀ। ਮੈਂ ਕਿਹਾ ਜਾ ਕੇ ਪੁੱਛੀ ਉਹਨੂੰ ਵੀ ਪਾਸਪੋਰਟ ਕਿੱਥੇ ਆ? ਉਹਨੇ ਜਦੋਂ ਪੁੱਛਿਆ ਉਹਨੂੰ ਆ ਕੇ, ਕਹਿੰਦਾ ਤੇਰਾ ਪਾਸਪੋਰਟ ਕਿੱਥੇ? ਉਹਦੇ ਲਾਂਚ ਆ ਕੇ ਬੋਲੇ, ਐ ਨਾ ਵੀ ਜਿਵੇਂ ਬੋਲਿਆ ਪਤਾ ਲੱਗ ਜੂਗੇ ਇੰਡੀਆ ਦਾ। ਤੇ ਇੱਕੋ ਸਾਫਾ ਬੰਨੀ ਬੇਟਾ, ਜਦੋਂ ਉਹਨੇ ਦੁਬਾਰਾ ਕਿਹਾ ਕਹਿੰਦਾ ਪਾਸਪੋਰਟ ਕਿੱਥੇ ਆ? ਉਹਨੇ ਫਿਰ ਸਾਫਾ ਲਾ ਦਾ। ਅੱਛਾ ਕਹਿੰਦਾ ਅੱਛਾ ਅੱਛਾ PR ਹੈ? ਤੇ ਕਹਿੰਦਾ ਹਾਂ। ਸਿਰ ਮਾਰਿਆ ਉਹਦੇ ਕੋਲੇ ਉਹਨੂੰ, ਮੈਨੂੰ ਕਹਿੰਦਾ ਬੰਦਾ ਤੇਰਾ 2 ਨੰਬਰ ਦਾ। ਮੈਂ ਕਿਹਾ ਜੀ ਐ ਨਾ ਕਰੋ, ਮਿਹਨਤ ਵਾਲੀ ਗੱਲ ਹੈ। ਕਹਿੰਦਾ ਨਾ 10 ਲੱਖ ਲੱਗੂ। ਅੱਛਾ ਜੀ। ਉਹ ਵਿੱਚ ਬੇਟਾ ਰੋਣ ਲੱਗ ਗਿਆ, ਕਹਿੰਦਾ ਦੇ ਦੇ ਮੈਂ ਸਾਰੀ ਉਮਰ ਤੇਰੇ ਬੱਚੇ ਪਾ ਦੂੰ। ਕਹਿੰਦਾ ਇੱਥੋਂ ਲੈ ਚੱਲ, ਇੱਥੋਂ ਕਢਾ ਲਾ। ਉਹਨੂੰ ਮੈਂ ਪਤਾ ਨਹੀਂ ਜੀ ਲੱਗਣ ਦਿੱਤਾ ਬਿਲਕੁਲ ਹੀ, ਮੈਂ ਗੁਹਾਟੀ ਨੂੰ ਵੀ ਘੁਮਾ ਲਿਆ। ਪਤਾ ਨਹੀਂ ਲੱਗੀ ਜਰਮਨ ਗਿਆ ਨਾ, ਉਹ ਫੇਰ ਵੀ ਡਰਦਾ ਹੀ ਆਵੇ ਉਹਦਾ ਡਰਾਈਵਰ, ਕਹਿੰਦਾ ਆਏ ਆ ਜਾਓ ਆ ਤੈਨੂੰ ਡਰਾਉਂਦਾ, ਤੂੰ ਸਮਝਦਾ ਨਹੀਂ ਅਸੀਂ UP ਵਾਲੇ ਬਾਰਡਰ ਤੇ ਆ ਗਏ। ਅੱਛਾ ਜੀ। ਉਹ ਆਪਦੀ ਗੱਡੀ ਚ ਵੜ ਗਿਆ ਜਾ ਕੇ, ਕਹਿੰਦਾ ਬਾਈ ਯਾਰ ਤੂੰ ਤਾਂ ਯਾਰ ਮੇਰੇ ਤਾਂ ਵਾਲ ਹੀ ਨਹੀਂ ਹੋਣੇ। ਕਹਿੰਦਾ 2 ਮਹੀਨੇ ਯਾਰ ਤੂੰ ਤਾਂ ਗਲਤ ਕਰਿਆ। ਤੇ ਉੱਥੇ ਨਾ ਲਾਇਸੈਂਸ ਬਣਾਉਂਦੇ ਹੁੰਦੇ 50-50 ਰੁਪਈਏ ਲੈ ਕੇ। ਹਾਂਜੀ। ਮੈਂ ਤਾਂ ਪੇਪਰ ਪਾਸ ਕਰਾਉਣ ਗਿਆ, ਮੈਂ ਤਾਂ ਸਾਈਕਲ ਤੇ ਗਿਆ ਕੋਈ, ਉਹਨੂੰ ਕਹਿੰਦਾ ਲਾਇਸੈਂਸ? ਹਾਂਜੀ। ਉਹਨੇ ਕਿਹਾ ਲੈ ਵੀ ਕੰਮ ਫੇਰ ਚੱਲ ਪਿਆ, ਭੱਜ ਲਿਆ ਉਹਦੇ ਕੋਲੋਂ ਲਾਇਸੈਂਸ ਵਾਲੇ। ਅੱਛਾ। ਉਹਨੇ ਮਗਰ ਸਾਈਕਲ ਲਾ ਲਿਆ ਵੀ ਮੈਂ ਇਹਨੂੰ ਇਹੋ ਜਿਹੀ ਕੀ ਗੱਲ ਕਹਿਤੀ ਜਿਹੜਾ ਭੱਜ ਲਿਆ ਇਹ। ਠੀਕ ਆ। ਉਹ ਮੇਰੇ ਕੋਲੇ ਆ ਗਿਆ, ਮੈਂ ਕੀ ਹੋ ਗਿਆ? ਕਹਿੰਦਾ ਲਾਇਸੈਂਸ ਵਾਲੇ ਆ ਗਏ। ਫੜ ਲਿਆ। ਮੈਂ ਕਿਹਾ ਬਹਿ ਜਾ ਇੱਧਰ ਲੋਕ ਜਾ। ਮੈਂ ਕਿਹਾ ਉਹ, ਮੈਂ ਸਾਈਕਲ ਵਾਲੇ ਕੋਲੇ ਗਿਆ, ਮੈਂ ਮੋੜਤਾ ਉਹਨੂੰ, ਮੈਨੂੰ ਮੈਂ ਕਿਹਾ ਤਾਂ ਵੈਸੇ ਹੀ ਡਰ ਗਿਆ ਤੂੰ ਜਾ। ਮੈਨੂੰ ਕਹਿੰਦਾ ਕੀ ਆਂਦਾ ਸੀ? ਮੈਂ ਕਿਹਾ ਉਹ ਕਹਿੰਦਾ ਬੰਦਾ 2 ਨੰਬਰ ਦਾ ਲੱਗਦਾ। ਕਹਿੰਦਾ ਫੜੇ ਤਾਂ ਨਹੀਂ ਗਏ? ਮੈਂ ਕਿਹਾ ਨਾ। ਬਚ ਗਏ। ਹੁਣ ਮੈਂ ਕਿਹਾ ਤੂੰ ਤਰਪਾਲ ਚ ਲੁਕ ਜਾ ਤਾਂ। ਅੱਛਾ ਜੀ। ਟੂਲ ਚ। ਹਾਂ ਹਾਂ। ਉਹਨੂੰ ਮੈਂ ਤਰਪਾਲ ਚ ਲਗੋਦਾ ਜੀ, ਤਰਪਾਲ ਚ ਲਗੋ ਕੇ ਤੇ ਗਾਂ ਜਾ ਕੇ ਅਸੀਂ ਆਪ ਹੀ ਗੱਡੀ ਰੋਕ ਕੇ ਮੈਂ ਆਪ ਹੀ ਦਬਕੇ ਮਾਰਨ ਲੱਗ ਗਿਆ। ਓਏ 2 ਨੰਬਰ ਦਾ ਆਦਮੀ ਹੈ ਆਪਕੇ ਪਾਸ? ਮੈਂ ਕਿਹਾ ਨਾ ਸਰ। ਠੀਕ ਆ। ਚੜ ਜਾਓ ਜੀ ਚੜ ਜਾਓ। ਮੈਂ ਕਿਹਾ ਟੂਲ ਤੇ ਚੜ ਜਾਓ ਦੇਖ ਲਓ। ਆਪ ਹੀ ਮੈਂ ਸਾਹ ਚੜ ਗਿਆ। ਅੱਛਾ।
ਮੈਂ ਪਹਿਲਾਂ ਤਰਪਾਲ ਚ ਟੋ ਕੇ ਜੇ ਵੇਖਿਆ, ਮੈਂ ਕਿਹਾ ਵੀ ਸੈਰ ਕਿੱਧਰ ਹੈ ਇਹਦਾ, ਠੀਕ ਆ ਤੇ ਮੈਂ ਦੇਖਿਆ ਵੀ ਇੱਧਰ ਸੈਰ ਆ, ਇੱਧਰ ਨੂੰ ਪੈਰ ਆ, ਮੈਂ ਪੈਰਾਂ ਵਾਲੇ ਪਾਸੇ ਮਾਰੇ ਪੰਜ ਚਾਰ ਡੰਡੇ, ਬੋਲਿਆ ਨੀ ਕੁਛ, ਘਾਰੇਗਾ ਡੰਡੇ ਕਾਲੇ। ਨਾ ਮੈਂ ਥੱਲੇ ਉਤਰਿਆ, ਮੈਂ ਗਾਂਹ ਜਾ ਕੇ ਤਾਰ ਲਿਆ, ਮੈਂ ਕਿਹਾ ਆ ਜਾ, ਮੈਂ ਕਿਹਾ ਕਿਵੇਂ ਆ, ਮੈਂ ਕਿਹਾ ਉੱਤੇ ਚੜੇ ਸੀ ਫੜਿਆ ਹੀ ਨੀ ਗਿਆ ਤੂੰ, ਕਹਿੰਦਾ ਜੇ ਮੇਰੀ ਥਾਂ ਤੇ ਕੋਈ ਹੋਰ ਹੁੰਦਾ ਫੜਿਆ ਜਾਂਦਾ, ਕਿਉਂ ਮੈਂ ਹੀ ਸੀ ਜਿਹੜਾ ਕੁੱਟ ਲਾ ਗਿਆ। ਡੰਡੇ ਖਾ ਕੇ ਚੀਕ ਨਹੀਂ ਨਿਕਲ ਦਿੱਤੀ ਆਏ ਹਾਏ, ਉਹਨੂੰ ਪਿੰਡ ਆ ਕੇ ਪਤਾ ਲੱਗਿਆ ਵੀ ਮੈਂ ਉਹਦੇ ਨਾਲ ਏਡਾ ਮਜ਼ਾਕ ਕਰੀ ਜਾਂਦਾ, ਹਾਂ ਉਹ ਕਿਉਂਕਿ ਪਹਿਲਾਂ ਸਾਡੇ ਨਾਲ ਵੀ ਹੁੰਦੇ ਸੀਗੇ ਜੀ, ਉਦੋਂ ਹੁੰਦੇ ਹੀ ਸੀ ਮਜ਼ਾਕ। ਹਾਂ ਨਹੀਂ ਪਹਿਲਾਂ ਦੁਨੀਆ ਇੱਕ ਦੂਸਰੇ ਨੂੰ ਮਜ਼ਾਕ ਕਰਦੇ ਸੀ, ਲੋਕ ਕਰਦੇ ਸੀ ਤੇ ਸਹਿੰਦੇ ਵੀ ਸੀ ਮਜ਼ਾਕ। ਆਪਣੇ ਨਾਲ ਕਾਲਰ ਨੇ, ਦੇਖਦੇ ਹਾਂ 5050।